ਪੰਜਾਬ ਦੇ ਵਿੱਚ ਠੇਕੇ ਖੋਲਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਜਿਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਨੂੰ ਮਤਭਾਗਾ ਦੱਸਿਆ ਉਹਨਾਂ ਨੇ ਕਿਹਾ ਕਿ ਇਹ ਗਲਤ ਫੈਸਲਾ ਸਰਕਾਰ ਦਾ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਠੇਕੇ ਖੁੱਲਣ ਦੇ ਕਰਕੇ ਘਰੇਲੂ ਹਿੰਸਾ ਜਿਹੜੀ ਹੈ ਉਹ ਹੋਰ ਵਧੇਗੀ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਧਾਰਮਿਕ ਸਥਾਨਾਂ ਨੂੰ ਤਾਂ ਸਰਕਾਰ ਬੰਦ ਕਰ ਰਹੀ ਹੈ ਪਰ ਠੇਕੇ ਖੋਲੇ ਜਾ ਰਹੇ ਆ ਸ਼ਰਧਾਲੂਆਂ ਨੂੰ ਕਰੋਨਾ ਲਈ ਜ਼ਿੰਮੇਵਾਰ ਠਹਿਰਾਉਣਾ ਇਹ ਵੀ ਗਲਤ ਹੈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇਹ ਬਿਆਨ ਜਿਹੜਾ ਦਿੱਤਾ ਗਿਆ ਠੇਕੇ ਖੋਲਣ ਦਾ ਵਿਰੋਧ ਕੀਤਾ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਘਰੇਲੂ ਹਿੰਸਾ ਉਹ ਵਧੇਗੀ ਪੰਜਾਬ ਦੇ ਅੰਦਰ ਕੋਰੋਨਾ ਪੋਜ਼ਿਟਿਵ ਜਿਹੜੇ ਪੇਸ਼ੈਂਟ ਹੈ ਉਹ ਕਾਫੀ ਜ਼ਿਆਦਾ ਆਏ ਹੈ ਅਤੇ ਅਸੀਂ ਸਰਕਾਰ ਨੂੰ ਇਹੋ ਕਹਿਣਾ ਚਾਹੁੰਦੇ ਹਾਂ ਕਿ ਇਹ ਗੁਨਾਹੀ ਨਹੀਂ ਇਹਨਾਂ ਨੇ ਕੋਈ ਗੁਨਾਹ ਨਹੀਂ ਕੀਤਾ ਇਹ ਪੀੜਿਤ ਹੈ ਇਸ ਕਰਕੇ ਇਹਨਾਂ ਨਾਲ ਜਿਹੜਾ ਵਿਵਹਾਰ ਹੈ ਵਤੀਰਾ ਜਿਹੜਾ ਇਹਨਾਂ ਨਾਲ ਸਨਮਾਨਜਨਕ ਹੋਣਾ ਚਾਹੀਦਾ ਕਿਸੇ ਵੀ ਕਿਸਮ ਦੀਆਂ ਅਭੱਦਰ ਟਿੱਪਣੀਆਂ ਜਿਹੜੀਆਂ ਨੇ ਇਹਨਾਂ ਦੇ ਖਿਲਾਫ਼ ਨਹੀਂ ਹੋਣੀਆਂ ਚਾਹੀਦੀਆਂ ਅਤੇ ਜਿਹੜੇ ਅਭੱਦਰ ਟਿੱਪਣੀਆਂ ਕਰਦੇ ਨੇ ਉਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਇਹ ਬਦਕਿਸਮਤੀ ਹੈ ਕਿ ਪਹਿਲੋਂ ਭਾਈ ਬਲਦੇਵ ਸਿੰਘ ਪਠਲਾਵਾ ਦਾ ਕੇਸ ਜਦੋਂ ਪੋਜ਼ਿਟਿਵ ਆਇਆ ਅਤੇ ਉਹਦੀ ਆੜ ਦੇ ਵਿੱਚ ਹੋਲੇ ਮਹੱਲੇ ਦੇ ਉੱਤੇ ਇਕੱਠੀਆਂ ਹੋਈਆਂ ਸੰਗਤਾਂ ਨੂੰ ਨਿਸ਼ਾਨਾ ਬਣਾਉਣ ਦਾ ਯਤਨ ਕੀਤਾ ਪੰਡੀ ਪ੍ਰਚਾਰ ਬਹੁਤ ਕੀਤਾ ਗਿਆ ਸੋਸ਼ਲ ਮੀਡੀਆ ਦੇ ਉੱਤੇ ਖਾਸ ਤੌਰ 'ਤੇ ਫਿਰ ਪ੍ਰਵਾਸੀ ਸਾਡੇ ਜਿਹੜੇ ਭਾਰਤੀ ਸੀ ਪੰਜਾਬੀ ਸੀ ਉਹਨਾਂ ਨੂੰ ਜਿਹੜਾ ਹੈ ਨਿਸ਼ਾਨਾ ਬਣਾਉਣ ਦਾ ਯਤਨ ਕੀਤਾ ਉੱਥੋਂ ਵੀ ਅਕਾਲ ਪੁਰਖ ਪਰਮਾਤਮਾ ਨੇ ਕਿਰਪਾ ਕੀਤੀ ਅਤੇ ਫਿਰ ਹਜ਼ੂਰ ਸਾਹਿਬ ਜਿਹੜੀ ਸੰਗਤ ਗਈ ਸੀ ਹੁਣ ਤਾਂ ਇਹ ਵੀ ਤੱਥ ਸਾਹਮਣੇ ਆ ਗਏ ਨੇ ਕਿ ਜਿਹੜੀ ਸੰਗਤ ਹਜ਼ੂਰ ਸਾਹਿਬ ਗਈ ਸੀ ਜਦੋਂ ਉਹਨਾਂ ਨੂੰ ਲਿਆਉਣ ਵਾਸਤੇ ਬੱਸਾਂ ਦਾ ਐਲਾਨ ਹੋਇਆ ਅਤੇ ਮਹਾਰਾਸ਼ਟਰ ਜਾਂ ਮੱਧ ਪ੍ਰਦੇਸ਼ ਦੇ ਵਿੱਚ ਬਹੁਤ ਸਾਰੇ ਜਿਹੜੇ ਮਜ਼ਦੂਰ ਸਨ ਸਾਡੀ ਸਨ ਬੇਸ਼ੱਕ ਉਹ ਵੀ ਹਜ਼ੂਰ ਸਾਹਿਬ ਜਿਹੜੇ ਆ ਉਹ ਪਹੁੰਚ ਗਏ ਕਿ ਚਲੋ ਬੱਸਾਂ ਹਜ਼ੂਰ ਸਾਹਿਬ ਤੋਂ ਜਾ ਰਹੀਆਂ ਨੇ ਪੰਜਾਬ ਅਤੇ ਅਸੀਂ ਹਜ਼ੂਰ ਸਾਹਿਬ ਵੀ ਜਿਹੜਾ ਪਹੁੰਚ ਜਾਂਦੇ ਹਾਂ ਅਤੇ ਉੱਥੋਂ ਬੱਸਾਂ ਰਾਹੀਂ ਅਸੀਂ ਪੰਜਾਬ ਆਪਣੇ ਆਪਣੇ ਘਰ ਚਲੇ ਜਾਵਾਂਗੇ ਉਹਨਾਂ ਨੇ ਵਿਚਾਰਿਆਂ ਨੇ ਗੁਰੂ ਘਰ ਦਾ ਆਸਰਾ ਤੱਕਿਆ ਕੋਈ ਮਾੜੀ ਗੱਲ ਨਹੀਂ ਸੀ ਪਰ ਸ਼ਰਧਾਲੂ ਜਾਂ ਹਜ਼ੂਰ ਸਾਹਿਬ ਦੀ ਸੰਗਤ ਨੂੰ ਜਿਹੜਾ ਬਦਨਾਮ ਕਰਨ ਦਾ ਜਿਹੜਾ ਕੋਝਾ ਯਤਨ ਹੈ ਇਹਨੂੰ ਕਿਸੇ ਵੀ ਕੀਮਤ ਦੇ ਉੱਤੇ ਕੋਈ ਵੀ ਸੱਭਿਅਕ ਮਨੁੱਖ ਜਿਹੜਾ ਉਹ ਬਰਦਾਸ਼ਤ ਨਹੀਂ ਕਰ ਸਕਦਾ ਇੱਕ ਤਾਂ ਇਹਨਾਂ ਸਾਰਿਆਂ ਨਾਲ ਸਨਮਾਨਜਨਕ ਵਤੀਰਾ ਜਿਹੜਾ ਹੈ ਉਹ ਅਪਣਾਇਆ ਜਾਣਾ ਚਾਹੀਦਾ ਚਾਹੇ ਕੋਈ ਵੀ ਹੈ ਪੰਜਾਬ ਦੇ ਵਿੱਚ ਆਮ ਨੋਰਮਲ ਵੀ ਕੋਈ ਪੋਜ਼ਿਟਿਵ ਪਾਇਆ ਜਾਂਦਾ ਹੈ ਅਤੇ ਉਹਦੇ ਨਾਲ ਜਿਹੜਾ ਦੋਸ਼ੀਆਂ ਵਰਗਾ ਵਿਵਹਾਰ ਜਿਹੜਾ ਹੈ ਉਹ ਨਹੀਂ ਹੋਣਾ ਚਾਹੀਦਾ ਤਾਂ ਕਿ ਉਹਦਾ ਮਨੋਬਲ ਜਿਹੜਾ ਹੈ ਉਹ ਬਿਲਕੁਲ ਨਾ ਡਿੱਗੇ ਚੰਗੀ ਇਹਨਾਂ ਨੂੰ ਖੁਰਾਕ ਦਿੱਤੀ ਜਾਣੀ ਚਾਹੀਦੀ ਹੈ ਚੰਗਾ ਇਹਨਾਂ ਨੂੰ ਮਾਨਸਿਕ ਤੌਰ 'ਤੇ ਮਜ਼ਬੂਤ ਰੱਖਣ ਦੇ ਲਈ ਸਨਮਾਨ ਦਿੱਤਾ ਜਾਣਾ ਚਾਹੀਦਾ ਔਰ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਜਿਹੜੇ ਪੋਜ਼ਿਟਿਵ ਆਏ ਨੇ ਔਰ ਜਲਦ ਹੀ ਅਕਾਲ ਪੁਰਖ ਪਰਮਾਤਮਾ ਦੀ ਕਿਰਪਾ ਦੇ ਨਾਲ ਇਹ ਸਿਹਤਯਾਬ ਹੋ ਕੇ ਆਪਣੇ ਆਪਣੇ ਘਰਾਂ ਨੂੰ ਜਾਣ ਉਹ ਅਸੀਂ ਕਰਾ ਰਹੇ ਪੜਤਾਲ ਰਿਪੋਰਟ ਆਈ ਬੜਾ ਮੰਦਭਾਗਾ ਹੈਗਾ ਕਿ ਧਾਰਮਿਕ ਸਥਾਨਾਂ ਤੋਂ ਪਹਿਲੀ ਗੱਲ ਤਾਂ ਹੈ ਕਿ ਸ਼ਰਾਬ ਦੀ ਜਿਹੜੀ ਹੈ ਖੁੱਲ੍ਹੀ ਜਿਹੜੀ ਹੈ ਵਰਤੋਂ ਜਿਹੜੀ ਹੈ ਉਹ ਹੋਣੀ ਹੋਣੀ ਚਾਹੀਦੀ ਕਿਉਂਕਿ ਦੇਖੋ ਸ਼ਾਪਿੰਗ ਮਾਲ ਬੰਦ ਹੈ ਜਿਹੜੇ ਸਾਰੀਆਂ ਦੁਕਾਨਾਂ ਬੰਦ ਹੈ ਕੱਪੜੇ ਮਾਰਕੀਟ ਬੰਦ ਹੈ ਸਾਰੀ ਮਾਰਕੀਟ ਬੰਦ ਹੈ ਅਤੇ ਇਹੋ ਜਿਹੀ ਪੁਜੀਸ਼ਨ ਦੇ ਵਿੱਚ ਅਸੀਂ ਜੇ ਸ਼ਰਾਬ ਨੂੰ ਜਿਹੜਾ ਹੈ ਉਹ ਪਹਿਲ ਦੇ ਰਹੇ ਹਾਂ ਲੋਕ ਘਰਾਂ ਦੇ ਵਿੱਚ ਨੇ ਇਹਦੇ ਨਾਲ ਡੋਮੈਸਟਿਕ ਜਿਹੜੀ ਹੈ ਵਾਇਲੈਂਸ ਜਿਹੜੀ ਹੈ ਉਹ ਵਧਣ ਦਾ ਖਤਰਾ ਘਰੇਲੂ ਹਿੰਸਾ ਦੇ ਮਾਮਲੇ ਜਿਹੜੇ ਹੈ ਸ਼ਰਾਬ ਦੇ ਪ੍ਰਚਲਨ ਦੇ ਨਾਲ ਜ਼ਰੂਰ ਜਿਹੜੇ ਵਧਣਗੇ ਜਿਹੜੇ ਕਿ ਸਾਡੇ ਵਾਸਤੇ ਬੜੀ ਮਾੜੀ ਗੱਲ ਹੋਏਗੀ ਬਿਲਕੁਲ ਮੰਦਰ ਮਸਜਿਦ ਗੁਰਦੁਆਰੇ ਬੰਦ ਕਰ ਰੱਖੇ ਜਿੱਥੇ ਸਿੱਖਾਂ ਨੇ ਜਾਂ ਹਿੰਦੂ ਜਾਂ ਸਿੱਖ ਮੁਸਲਮਾਨ ਜਿਹੜੇ ਜਾਂਦੇ ਆ ਆਸਥਾ ਪ੍ਰਗਟ ਕਰਦੇ ਆ ਔਰ ਆਸਥਾ ਦੇ ਨਾਲ ਇਮਿਊਨਿਟੀ ਜਿਹੜੀ ਆ ਮਜ਼ਬੂਤ ਹੁੰਦੀ ਹੈ ਅਤੇ ਉਹ ਤਾਂ ਅਸੀਂ ਬੰਦ ਕਰ ਰੱਖੇ ਆ ਅਤੇ ਸ਼ਰਾਬ ਜਿਹੜੀ ਹੈ ਜਿਹਨੇ ਸਾਡੇ ਘਰੇਲੂ ਹਿੰਸਾ ਦੇ ਮਾਮਲਿਆਂ ਦੇ ਵਿੱਚ ਬਹੁਤ ਵਾਧਾ ਕਰਨਾ ਕਿਉਂਕਿ ਸਾਰੇ ਬੰਦੇ ਘਰਾਂ ਦੇ ਵਿੱਚ ਹੈ ਸ਼ਰਾਬ ਪੀਣਗੇ ਜ਼ਰੂਰੀ ਸੰਭਾਵਨਾ ਹੈ ਕਿ ਘਰੇਲੂ ਹਿੰਸਾ ਵਧੇਗੀ ਤਾਂ ਸਰਕਾਰ ਨੂੰ ਸੋਚਣਾ ਚਾਹੀਦਾ ਉਹ ਸਾਡੇ ਕੋਲ ਮਾਮਲਾ ਆਇਆ ਨਹੀਂ ਐਸੀ ਕੋਈ ਗੱਲ ਨਹੀਂ ਹੈ ਉਹ ਪੜਤਾਲ ਹੋ ਰਹੀ ਹੈ ਔਰ ਕੋਈ ਐਸੀ ਗੱਲ ਨਹੀਂ ਬੜੀ ਮੰਦਭਾਗੀ ਗੱਲ ਹੈ ਕਿ ਗੁਰਬਾਣੀ ਬੇਅਦਬੀ ਦੇ ਮਾਮਲੇ ਜਿਹੜੇ ਹੈ ਇਹ ਲਗਾਤਾਰ ਹੀ ਜਿਹੜੇ ਹੈ ਉਹ ਪੰਜਾਬ ਦੀ ਧਰਤੀ ਦੇ ਉੱਤੇ ਨਹੀਂ ਬਲਕਿ ਹਿੰਦੁਸਤਾਨ ਦੇ ਵਿੱਚ ਹੋ ਰਹੇ ਆ ਔਰ ਸਰਕਾਰਾਂ ਨੂੰ ਜਿਹੜਾ ਇਹਦੇ ਵਾਸਤੇ ਜ਼ਰੂਰ ਕੋਈ ਨਾ ਕੋਈ ਐਸੀ ਪੋਲਿਸੀ ਜਿਹੜੀ ਹੈ ਬਣਾਉਣੀ ਚਾਹੀਦੀ ਹੈ ਅਤੇ ਜਿਹੜੇ ਦੋਸ਼ੀ ਆਉਂਦੇ ਉਹਨਾਂ ਨੂੰ ਐਸੀਆਂ ਮਿਆਰੀਆਂ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਕਿ ਮੁੜ ਕੇ ਕੋਈ ਬੇਅਦਬੀ ਕਰਨ ਦੀ ਹਿੰਮਤ ਨਾ ਕਰ ਸਕੇ ਕਾਂਗਰਸੀ ਆਗੂ ਦਿਗਵਿਜੇ ਸਿੰਘ ਨੇ ਅਪਮਾਨਜਨਕ ਟਿੱਪਣੀ ਕੀਤੀ ਸੀ ਪਰ ਉਹਨਾਂ ਨੇ ਮਾਫ਼ੀ ਮੰਗ ਲਈ ਆਪਣੀ ਟਿੱਪਣੀ ਦੇ ਰਹੇ
ਪਰ ਹਲੇ ਤੱਕ ਜਿਹੜੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਉਹਨਾਂ ਨੇ ਆਪਣੀ ਗਲਤੀ ਨਹੀਂ ਮੰਨੀ। ਦੇਖੋ ਚਾਹੇ ਦਿਗਵਿਜੇ ਸਿੰਘ ਹੈ ਚਾਹੇ ਪੰਜਾਬ ਦੇ ਸਿਹਤ ਮੰਤਰੀ ਹੈ, ਹਜ਼ੂਰ ਸਾਹਿਬ ਦੀ ਸੰਗਤ ਪ੍ਰਤੀ ਅਪਾਧਕ ਟਿੱਪਣੀਆਂ ਜਿਹੜੀਆਂ ਹੈ ਇਹ ਕਿਸੇ ਵੀ ਕੀਮਤ ਦੇ ਉੱਤੇ ਸਮੁੱਚੇ ਵਿਸ਼ਵ ਦੇ ਵਿੱਚ ਬੈਠਾ ਭਾਈਚਾਰਾ ਜਿਹੜਾ ਬਰਦਾਸ਼ਤ ਨਹੀਂ ਕਰੇਗਾ। ਔਰ ਖਿਮਾ ਮੰਗਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਨੂੰ ਜੇ ਕਿਤੇ ਉਹਨਾਂ ਨੇ ਅਪੱਧਰ ਟਿੱਪਣੀਆਂ ਕੀਤੀਆਂ। ਸਭ ਤੋਂ ਪੱਤੀ ਸੰਤਰ ਉਹਨਾਂ ਦੀ ਭਾਵਨਾਵਾਂ ਦੇ ਖਿਲਾਫ ਉਸ ਭਾਵਨਾ ਦੇ ਉਲਟ ਡੇਰੇ ਠਹਿਰਾ ਗਿਆ ਅਤੇ ਉਹ ਬੜਾ ਵਿਰੋਧ ਕੀਤਾ ਜਾ ਰਿਹਾ ਉਹਨਾਂ ਦਾ। ਦੇਖੋ ਮਾਨਸਿਕ ਤੌਰ ਦੇ ਉੱਤੇ ਮੈਂ ਪਹਿਲਾਂ ਕਹਿ ਰਿਹਾ ਕਿ ਜਿਹੜੀ ਹੈ ਮਾਨਸਿਕ ਤੌਰ 'ਤੇ ਜਦੋਂ ਮਜ਼ਬੂਤ ਹੋਏਗੀ ਪੋਜ਼ੀਟਿਵ ਜਿਹੜੇ ਪੀੜਿਤ ਹੈ ਉਹ ਮਾਨਸਿਕ ਤੌਰ 'ਤੇ ਮਜ਼ਬੂਤ ਹੋਣਗੇ ਅਤੇ ਫਿਰ ਹੀ ਜਿਹੜਾ ਉਹ ਬਿਮਾਰੀ ਤੋਂ ਬਚ ਨਿਕਲਣਗੇ। ਅਤੇ ਜਿੱਥੇ ਉਹਨਾਂ ਦਾ ਮਨ ਹੀ ਨਹੀਂ ਕਰਦਾ ਰਹਿਣ ਵਾਸਤੇ, ਨਾਲੇ ਡੇਰਿਆਂ ਦੇ ਵਿੱਚ ਕੋਈ ਅਕੋਮੋਡੇਸ਼ਨ ਨਹੀਂ ਹੈ, ਉਹ ਛੱਡ ਹੈ ਗਰਮੀ ਦੇ ਵਿੱਚ ਤਪ ਜਾਂਦਾ ਹੈਗਾ, ਥੱਲੇ ਸੇਕ ਮਾਰਦਾ ਹੈਗਾ, ਅਤੇ ਇਹੋ ਜਿਹੀ ਪੋਜੀਸ਼ਨ ਦੇ ਵਿੱਚ ਉੱਥੇ ਪੇਸ਼ੈਂਟਾਂ ਨੂੰ ਰੱਖਣਾ ਜਿਹੜਾ ਉਹ ਸ਼ੋਭ ਨਹੀਂ ਕਿ ਨਹੀਂ। ਬਿਲਕੁਲ SCPC ਵੱਲੋਂ ਕਿਹਾ ਗਿਆ, ਧੰਨਵਾਦ SCPC ਦਾ। ਗੁਰਦੁਆਰਾ ਸਾਹਿਬਾਨ ਦੀਆਂ ਸਰਾਵਾਂ ਜਿਹੜੀਆਂ ਨੇ ਉਹ ਇਹਨਾਂ ਸ਼ਰਧਾਲੂਆਂ ਵਾਸਤੇ, ਜਿਹੜੇ ਵੀ ਸਾਡੇ ਵੀਰ ਨੇ ਕੁਆਰੰਟੀਨ ਗੌਰਮੈਂਟ ਜਿਹਨਾਂ ਨੂੰ ਕਰ ਰਹੀ ਹੈ, ਸਿਹਤ ਵਿਭਾਗ ਆਪਣੀ ਨਿਗਰਾਨੀ ਦੇ ਵਿੱਚ ਇਹਨਾਂ ਸਰਾਵਾਂ ਦੇ ਵਿੱਚ ਇਹਨਾਂ ਨੂੰ ਰੱਖ ਸਕਦੇ। ਪੰਜਾਬ ਸਰਕਾਰ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਉਹ ਵਿਸ਼ੇਸ਼ ਧਿਆਨ ਜਿਹੜਾ ਇਹਨਾਂ ਸਿੱਖ ਸ਼ਰਧਾਲੂਆਂ ਦੇ ਉੱਤੇ ਖਾਸ ਤੌਰ 'ਤੇ ਦੇਵੇ ਜਿਹੜੇ ਮਾਨਸਿਕ ਤੌਰ ਦੇ ਉੱਤੇ ਡੇਰੇ ਦੇ ਵਿੱਚ ਨਹੀਂ ਰਹਿਣਾ ਚਾਹੁੰਦੇ। ਮੈਂ ਪਹਿਲਾਂ ਕਹਿ ਚੁੱਕੀ ਹਾਂ ਕਿ ਡੇਰਿਆਂ ਦੇ ਵਿੱਚ ਕੋਈ ਅਕੋਮੋਡੇਸ਼ਨ ਦਾ ਕੋਈ ਅੱਛਾ ਅਰੇਂਜਮੈਂਟ ਨਹੀਂ ਹੈ, ਸ਼ੈੱਡ ਹੈ, ਸ਼ੈੱਡ ਦੇ ਵਿੱਚ ਤਪਸ਼ ਜਿਹੜੀ ਹੈ ਬਹੁਤ ਵੱਧ ਜਾਂਦੀ ਹੈ, ਉੱਥੇ ਜੇ ਬਿਮਾਰ ਨਹੀਂ ਹੈ ਤਾਂ ਬਿਮਾਰ ਹੋਣ ਦਾ ਵਧੇਰੇ ਜਿਹੜਾ ਖਦਸ਼ਾ ਹੈ। ਇਸ ਕਰਕੇ ਨਾਲੇ ਲੋਕ ਸਾਨੂੰ ਲਗਾਤਾਰ ਸੰਗਤ ਦੇ ਫੋਨ ਆ ਰਹੇ ਕਿ ਅਸੀਂ ਇੱਥੇ ਰਹਿਣਾ ਨਹੀਂ ਚਾਹੁੰਦੇ, ਤਾਂ ਫਿਰ ਜਦੋਂ ਜਿਹੜਾ ਰਹਿਣਾ ਚਾਹੁੰਦਾ ਉਹਨੂੰ ਰੱਖ ਲੈਣ, ਜਿਹੜਾ ਨਹੀਂ ਰਹਿਣਾ ਚਾਹੁੰਦਾ ਉਹਨਾਂ ਨੂੰ ਗੁਰਦੁਆਰਾ 'ਚ ਸ਼ਿਫਟ ਕੀਤਾ ਜਾਵੇ। ਮੈਂ ਮੀਡੀਆ ਰਾਹੀਂ ਅਪੀਲ ਕਰਦਾ ਕਿ ਉਹ ਇਸ ਪਾਸੇ ਧਿਆਨ ਦੇਣ। ਨਹੀਂ ਉਹ ਦੇਖੋ ਸਿੱਖ ਡਾਕਟਰਾਂ ਦੀ ਜਿਹੜੀ ਐਸੋਸੀਏਸ਼ਨ ਹੈ ਉਹਨਾਂ ਨੇ ਬੜਾ ਵਧੀਆ ਫੈਸਲਾ ਜਿਹੜਾ ਲਿਆ ਹੈਗਾ ਕਿ ਅਸੀਂ ਇਲਾਜ ਹੀ ਨਹੀਂ ਕਰਾਂਗੇ, ਕਿਉਂਕਿ ਸਿੱਖੀ ਜਿਹੜੀ ਹੈ ਸਿੱਖ ਨੂੰ ਪਿਆਰੀ ਹੁੰਦੀ ਹੈ, ਅਤੇ ਸਰਕਾਰ ਵੀ ਉਹਨਾਂ ਬਾਰੇ ਸੋਚ ਰਹੀ ਹੈ, ਉਹਨਾਂ ਵਾਸਤੇ ਸਪੈਸ਼ਲ ਸੁਣਿਆ ਮੇਰੇ ਧਿਆਨ 'ਚ ਆਇਆ ਕਿ ਮਾਸਕ ਤਿਆਰ ਕਰ ਰਹੀ ਹੈ, ਅਤੇ ਅਗਰ ਉਹ ਸਪੈਸ਼ਲ ਮਾਸਕ ਤਿਆਰ ਕਰਕੇ ਉਹਨਾਂ ਨੂੰ ਦਿੰਦੀ ਹੈ ਤਾਂ ਸਿੱਖ ਡਾਕਟਰ ਆਪਣੀਆਂ ਸੇਵਾਵਾਂ ਨਿਭਾਉਣ ਦੇ ਲਈ ਪੂਰੀ ਤਰ੍ਹਾਂ ਤਿਆਰ ਵਰ ਤਿਆਰ ਨੇ, ਅਤੇ ਜੇ ਮਾਸਕ ਤਿਆਰ ਨਹੀਂ ਹੁੰਦੇ ਤਾਂ ਸਿੱਖ ਡਾਕਟਰ ਜਿਹੜਾ ਸਿੱਖੀ ਨੂੰ ਕਦੇ ਵੀ ਨਹੀਂ ਛੱਡਣੇ। ਕਾਂਗਰਸੀ ਆਗੂ ਹਰਮਿੰਦਰ ਸਿੰਘ ਗਿੱਲ ਦੀ ਲਗਾਤਾਰ 2 ਆਡੀਓ ਆ ਗਈ, ਪਹਿਲਾਂ ਔਰਤ ਪ੍ਰਤੀ ਖਿਲਾਫ ਜਿਹੜੀ ਸ਼ਬਦਾਵਲੀ ਵਰਤੀ, ਮਾੜੀ ਸ਼ਬਦਾਵਲੀ ਵਰਤੀ, ਹੁਣ ਇੱਕ ਸਿੱਖ ਐਸੋਸੀਏਸ਼ਨ ਦੇ ਪ੍ਰਤੀ। ਮੈਨੂੰ ਲੱਗਦਾ ਕਿ ਉਹ ਮੇਰੇ ਲੈਵਲ ਦਾ ਮਾਮਲਾ ਨਹੀਂ ਹੈ, ਉਹ ਪੋਲੀਟੀਕਲ ਮਾਮਲਾ ਹੈ। ਸਿੰਚਰ ਐਕਸਪ੍ਰੈਸ ਵੇ ਦੇ ਵਿੱਚੋਂ ਅੰਮ੍ਰਿਤਸਰ ਸਾਨੂੰ ਕੱਢਿਆ ਗਿਆ, ਇਹ ਬਹੁਤ ਮਾੜੀ ਗੱਲ ਹੈ ਜੇ ਕੱਢਿਆ ਗਿਆ। ਅਖਬਾਰਾਂ ਦੇ ਵਿੱਚ ਸਪਸ਼ਟੀਕਰਨ ਵੀ ਇੱਕ ਦੋ ਆਏ ਨੇ, ਪਰ ਪੂਰਾ ਜਿਹੜਾ ਹੈ ਵਿਸ਼ਵਾਸ ਜਿਹੜਾ ਸਿੱਖ ਸੰਗਤ ਨੂੰ ਜਿਤਾਉਣਾ ਚਾਹੀਦਾ ਭਾਰਤ ਸਰਕਾਰ ਨੂੰ ਕਿ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈ, ਅਤੇ ਜੇ ਹੈਗੀ ਹੈ ਅੰਮ੍ਰਿਤਸਰ ਸਾਹਿਬ ਨੂੰ ਉਸ ਹਾਈਵੇ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਤਾਂ ਫਿਰ ਇਹ ਸਿੱਖਾਂ ਨਾਲ ਇੱਕ ਹੋਰ ਜਿਹੜਾ ਹੈ 1947 ਤੋਂ ਬਾਅਦ ਧੱਕਾ ਹੋਏਗਾ। ਉਹਨਾਂ ਦੀ ਸੋਚ ਹੈ ਜੀ, ਨਹੀਂ ਮੈਂ ਤੁਹਾਨੂੰ ਕਿਹਾ ਕਿ ਉਹਨਾਂ ਦੀ ਸੋਚ ਹੈ, ਅਸੀਂ ਸਿੱਖ ਜਿਹੜਾ ਸਰਬੱਤ ਦਾ ਭਲਾ ਮੰਗਦਾ ਜੀ।